ਪੰਜਾਬ ਦੇ ਡੀ ਜੀ ਪੀ ਸੁਰੇਸ਼ ਅਰੋੜਾ ਲਈ ਇੱਕ ਵੱਡੀ ਖਬਰ ਹੈ। ਉਹਨਾਂ ਨੂੰ ਸਰਕਾਰ ਵੱਲੋਂ 3 ਮਹੀਨੇ ਦੀ ਹੋਰ ਐਕਸਟੈਂਸ਼ਨ ਦਿੱਤੀ ਗਈ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਪਰਸੋਨਲ ਵਿਭਾਗ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਗਈ ਸੀ ਕਿ ਡੀ ਜੀ ਪੀ ਸੁਰੇਸ਼ ਅਰੋੜਾ ਦਾ ਕਾਰਜਕਾਲ ਵਧਾਇਆ ਜਾਏ। ਹੁਣ ਉਸ ਚਿੱਠੀ ਦੀ ਪ੍ਰਵਾਨਗੀ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਹਦੇ ਵਿੱਚ ਡੀ ਜੀ ਪੀ ਸੁਰੇਸ਼ ਅਰੋੜਾ ਨੂੰ 3 ਮਹੀਨੇ ਦੀ ਹੋਰ ਐਕਸਟੈਂਸ਼ਨ ਦੇਣ ਦੀ ਜਿਹੜੀ ਗੱਲ ਉਹ ਸਾਹਮਣੇ ਆਈ ਹੈ। ਪਹਿਲਾਂ ਡੀ ਜੀ ਪੀ ਸੁਰੇਸ਼ ਅਰੋੜਾ ਨੇ 30 ਸਤੰਬਰ 2018 ਯਾਨੀ ਕਿ ਇਸੀ ਮਹੀਨੇ ਜਿਹੜਾ ਰਿਟਾਇਰ ਹੋਣਾ ਸੀਗਾ, ਲੇਕਿਨ ਹੁਣ ਕੇਂਦਰ ਸਰਕਾਰ ਵੱਲੋਂ ਇੱਕ ਉਹਨਾਂ ਨੂੰ ਵੱਡੀ ਜਿਹੜੀ ਇੱਕ ਰਾਹਤ ਦਿੱਤੀ ਗਈ ਹੈ, ਉਹਨਾਂ ਨੂੰ 3 ਮਹੀਨੇ ਦੀ ਹੋਰ ਐਕਸਟੈਂਸ਼ਨ ਦਿੱਤੀ ਗਈ ਹੈ। ਇਹਦੇ ਮੁਤਾਬਕ ਉਹ 30 ਦਸੰਬਰ 2018 ਤੱਕ ਆਪਣੇ ਪਦ 'ਤੇ ਬਣੇ ਰਹਿਣਗੇ। ਡੀ ਜੀ ਪੀ ਸੁਰੇਸ਼ ਅਰੋੜਾ ਇੱਕ ਇਸ ਤਰ੍ਹਾਂ ਦੇ ਅਫਸਰ ਹੈਗੇ ਜਿਹੜੇ ਕਿ ਪਿਛਲੀ ਸਰਕਾਰ ਦੇ ਦੌਰਾਨ ਵੀ ਡੀ ਜੀ ਪੀ ਸੀਗੇ ਅਤੇ ਇਸ ਸਰਕਾਰ ਦੇ ਵਿੱਚ ਵੀ ਉਹ ਡੀ ਜੀ ਪੀ ਦੇ ਪਦ 'ਤੇ ਤੈਨਾਤ ਹੈ। ਦਰਅਸਲ ਸੁਰੇਸ਼ ਅਰੋੜਾ ਨੂੰ ਜਿਹੜਾ ਅਕਾਲੀਆ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਸੀ, ਲੇਕਿਨ ਉਹਨਾਂ ਦੀ ਛਵੀ ਕਾਫੀ ਸਾਫ਼ ਸੁਥਰੀ ਹੋਣ ਦੇ ਕਾਰਨ ਹੀ ਕੈਪਟਨ ਸਰਕਾਰ ਨੇ ਉਹਨਾਂ ਦੀ ਜਿਹੜੀ ਹੈ ਪੋਸਟਿੰਗ ਨੂੰ ਬਰਕਰਾਰ ਰੱਖਿਆ ਅਤੇ ਹੁਣ ਇੱਕ ਵਾਰ ਫਿਰ ਸੁਰੇਸ਼ ਅਰੋੜਾ ਨੂੰ 3 ਮਹੀਨੇ ਦੀ ਹੋਰ ਐਕਸਟੈਂਸ਼ਨ ਮਿਲ ਗਈ ਹੈ। ਵਿਧਾਨ ਸਭਾ ਚੋਣਾਂ 2017 ਜਿਹੜੀਆਂ ਹੋਈਆਂ ਸੀ ਉਹਦੇ ਵਿੱਚ ਵੀ ਡੀ ਜੀ ਪੀ ਨੂੰ ਕਾਫੀ ਅਹਿਮ ਜਿਹੜੀ ਜ਼ਿੰਮੇਵਾਰੀ ਸੀਗੀ ਉਹਨਾਂ ਦੇ ਕੰਧਿਆਂ 'ਤੇ, ਜਿਸ ਨੂੰ ਉਹਨਾਂ ਨੇ ਬਖੂਬੀ ਨਿਭਾਇਆ ਸੀ, ਅਤੇ ਉਸੀ ਦਾ ਨਤੀਜਾ ਇਹ ਹੈ ਕਿ ਉਹਨਾਂ ਨੂੰ ਹੁਣ 3 ਮਹੀਨੇ ਦੀ ਹੋਰ ਐਕਸਟੈਂਸ਼ਨ ਜਿਹੜੀ ਹੈ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।